ਪ੍ਰੀਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕੀਤਾ ਕਰੋ ਵੀਡੀਓ ਵੇਖ ਕੇ ਤੁਸਾਂ ਨਸਵੇਂ ਨਸਣਾ ਕੋਈ ਨਹੀਂ ਦੀਂਦਾ ਲਾਈਕ ਸਰਵਾਂ ਕੀਤੇ ਕਰੋ ਅੱਲਾਹ ਅਸਲਾਮੁਅਲੈਕੁਮ ਮਿੱਠਿਓ ਕੀ ਹਾਲ ਚਾਲ ਹੈ ਠੀਕ ਠਾਕ ਹੋ ਸਿਹਤ ਤਬੀਅਤ ਵਲ ਹੋ ਤਕੜੇ ਹੋ ਨਾ ਤੁਸਾਂ ਮੈਂ ਅੱਗੀ ਆਖਿਆ ਤੁਸਾਂ ਦੇਤੇ ਮਾਰੇ YouTube ਚੈਨਲ ਤੇ ਬੈਠਾ ਹਾਂ ਉਸਤਾ ਜੀ ਜਾਇਚ ਜੀ ਉਡੀ ਬੈਠਾ ਤਲੇ ਮਾਰ ਤੇ ਘਾਰੇ ਖਾਇ ਤੇ ਇਹ ਬੜਾ ਜੜਾ ਨਾ ਹੋ ਵੈਸੇ ਕਿਸਾ ਬੜਾ ਇੰਜੇ ਸੌਫਟ ਸੌਫਟ ਫੀਲ ਹੋ ਰਿਹਾ ਯਾਰ ਮੈਂ ਕੈਮਰੇ ਜਿਹਾ ਤਾਂ ਬੈਠਾ ਹਾਂ 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 ਪਿੱਛੇ ਬੜੀ ਕਾਲੀ ਹਾਟ ਹਾਦੀ ਪਈ ਮੇਰੇ ਭਾਈ ਇਹ ਮੇਰਾ ਧੁਰਾ ਰੱਬ ਦੀ ਜ਼ਾਤ ਏ ਕਿਵੇਂ ਗੱਲ ਏ ਹੈ ਉਸੇ ਕਰਨਾ ਜੋ ਕੁਝ ਕਰਨਾ ਹੈ ਅੱਗੀ ਇਤਨਾ ਰਸਾ ਖਲੋਤਰੀ ਆ ਲੱਪਾ ਖੈਰ ਕਰੇ ਸੀ ਉਸੇ ਦੇਵਣਾ ਉਸੇ ਘਿਰਣਾ ਹਰ ਸ਼ੋ ਉਸੇ ਦੀ ਨਹੀਂ ਤੇ ਕਣਕ ਕੱਪੀ ਤਾਂ ਸਾਰੀ ਗਈ ਨਾ ਕਣਕ ਸ਼ੁਕਰ ਅਲਹਮਦੁਲਿਲਾ ਵਿਖਾਇਆ ਵੰਜੇ ਕਣਕ ਸਾਰੀ ਕੱਪੀ ਗਈ ਲਾਲਾ ਜੀ ਪਿੱਛੇ ਦਿਖਾਇਆ ਵੰਜੇ ਇਹ ਇਹ ਦਿਖਾਇਆ ਜੀ ਯਾਰ ਕਹਣਾ ਜਿਹੜਾ ਮਾਸ਼ਾਅੱਲਾ ਸਾਰੀ ਕੱਪੀ ਗਈ ਠੀਕ ਹੈ ਕਹਣਾ ਕਾਲੇ ਪਾਸੋਂ ਜਾਂ ਛੁੱਟ ਗਈ ਤੇ ਮੈਂ ਉਹ ਪਿਛਲੀ ਵੀਡੀਓ ਚਾਲੀ ਜਾ ਥ੍ਰੇਸ਼ਰ ਦੀ ਉਹ ਜਿਹੜਾ ਮੈਰੇ ਤੋਂ ਨਸ ਕੱਢੀ ਹਾਂ ਉਹ ਤਾਂ ਮੇਰਾ ਹੀ ਨਾ ਉਹ ਉੱਥੇ ਲਾ ਚਾਰ ਕਿਲੇ ਹਲੇ ਉੱਥੇ ਪੈਨ ਚਾਰ ਪੰਜ ਕਿਲੇ ਉੱਥੇ ਪੈਨ ਹਾਲੇ ਅੱਛਾ ਜੀ ਕੱਢਣਾ ਜੀ ਹਾਂ ਉਹ ਵਾਤ ਰੱਬ ਸੋਹਣੇ ਜਜ਼ਾ ਬਾਰਿਸ਼ ਦਿੱਤੀ ਚ ਠੀਕ ਹੈ ਅੱਤ ਕਿਆੰਦਾ ਜ਼ੋਰ ਚੱਲਦਾ ਰੱਬ ਦੇਖੂ ਹਾਂ ਅਸਤੋਂ ਦੁਆ ਹੀ ਕਰ ਸਕਦਾ ਕਿ ਬਰ ਸੋਹਣਾ ਅੱਲਾ ਬਾਈ ਕਿਤ ਰੁਕ ਜਿਹੜਾ ਨਾ ਹਫਤਾ 15 ਦਿਹਾੜ ਜਿਹੜਾ ਨਾ ਜੱਟਾ ਸ਼ੋਧਨ ਯਾਰ ਇਤਨੀ ਜੁ ਮਿਹਰਤ ਕੀਤੀ ਹੈ ਜੀ ਤੇ ਕੱਢਣ ਦੇਵਾ ਠੀਕ ਹੈ ਅੱਲਾ ਪਖੈਰ ਕਰੇ ਕੋਈ ਨਹੀਂ ਹੁੰਦਾ ਰੱਬ ਦੀ ਰੱਖਾਇ ਠੀਕ ਹੈ ਉਸੇ ਰਿਜ਼ਕ ਦੇਵਣਾ ਤੂੰ ਤੇ ਮੈਂ ਕੋਣ ਹੁੰਦਾ ਸਾ ਸਿਰ ਗੱਲਾਂ ਕਰ ਸਕਦਾ ਗੱਲ ਵੇ ਸਿੱਧੀ ਅੱਲਾ ਖੈਰ ਕਰੇ ਅੱਲਾ ਖੈਰ ਕਰੇ ਤੈਨਾਂ ਸ਼ਣ ਕਰਾਣੇ ਕੀਦੀ ਬਸ ਦੁਆ ਕਰੀ ਰੱਬ ਦਾ ਅੱਗੂ ਕੇ ਬਾਕੀ ਅੱਲਾ ਪਖੈਰ ਕਰੇ ਰੇਟ ਕੋ ਤਾ ਲਥੀਆ ਕਰਣਾ ਲਾਲਾ ਰੇਟ ਯਕੀਨ ਮਾਨੋ ਇਹ ਰੇਟ ਸੁਣ ਕੇ ਨਾ ਇਸ ਜੱਟਾਂ ਜਿਹੜਾ ਨਾ ਸਿੱਧੀ ਗੱਲਾਂ ਦਾ ਪੈਂ ਮੈਂ ਸਮਝ ਤਾ ਦਿਲਚਸਪੀ ਨਹੀਂ ਗਿੰਦੇ ਪੈਂ ਪਤਾ ਹੀ ਕਿਉਂ ਝੜ ਕੇ ਇਹ ਗੱਲ ਦੀ ਦਿਲਚਸਪੀ ਯਾਰ ਮੇਰੀ ਗੱਲ ਸੁਣ ਦਿਲਚਸਪੀ ਇੰਜ ਨਾ ਅੱਗੇ ਯਾਰ ਰੇਟ ਹੁੰਦਾ ਇਹ ਨਾ ਯਕੀਨ ਮਨ ਖੁਸ਼ੀ ਫੀਲ ਹੁੰਦਾ ਕਿ ਚਲੋ ਯਾਰ ਇਹ ਚੀਜ਼ ਨਹੀਂ ਕਰਾ ਸੀ ਚਲੋ ਹੈ ਖਰਚ ਖਰਚ ਸ਼ਰਤ ਨਹੀਂ ਕਰਾ ਸੀ ਹੁਣ ਯਾਰ ਰੇਟ ਹੀ ਐਸਾ ਕਿ ਉਹਦਾ ਕੀ ਕਰੇ ਹਾਂ ਉਹ ਸਾਡੇ ਗਵਾੜ ਨਾ ਇੱਕ ਬੰਦਾ ਆਈ ਤੇ ਉਸ ਵਿਚਾਰੇ ਨਾ ਠੇਕੇ ਤੇ ਜ਼ਮੀਨ ਕੀਤੀ ਨਾ ਤਾਂ ਮੈਂ ਗੱਲ ਸੁਣਾ ਠੇਕੇ ਤੇ ਜ਼ਮੀਨ ਕੀਤੀ ਤਕਰੀਬਨ 3.5 ਕਿਲੇ ਠੀਕ ਹੈ ਠੀਕ ਹੋ ਗਿਆ ਤੇ ਵਿਚਾਰੇ ਕੋਲ ਖਰਚਾ ਵਰਤ ਇਤਨਾ ਸਟਰੋਂਗ ਕੋਨ ਆਈ ਜੋ ਗੱਲਾਂ ਆ ਜੋ ਕਿ ਕਿਤੇ ਨਹੀਂ ਪਤਾ ਡੀਪੀ ਅਸਮਾਨ ਅੱਲ੍ਹੀ ਖਲੀ ਆਈ ਹੈ ਉਸ ਤਕਰੀਬਨ ਸਾਢੇ 3.5 ਕਿਲਿਆਂ ਦੇ ਵਿੱਚ ਮੇਰੇ ਖਿਆਲ ਹੈ ਡੇਢੀ ਗੱਟੂ ਡੀਪੀ ਸਟਾਚਾ ਤੇ ਕੋਈ ਗੱਟੂ ਸੋਨਾ ਜਿਹਾ ਵਗਾਇਆ ਦੋ ਇੱਕ ਗੱਟੂ ਰਲਾ ਬਿਲਾ ਤੋ ਸਾਕੇ ਚਲੋ ਯਾਰ ਕੋਈ ਥੀਪੋ ਸੀ ਕੋਈ ਜਵਾਨ ਪੋਸਨ ਘਰ ਜੋਗੇ ਤੇ ਉਸੋ ਠੇਕ ਕੀਤਾ ਅੱਗੂ ਠੇਕੇ ਮੈਂ ਤਾਂ ਸੁਣਾ ਨੋ ਜਾਦੇ ਸਾਢੇ 7.5 ਪੂਰੀ ਠੇਕੇ ਚੱਲਦਾ ਪਿਆ ਹੈ ਬਿਲਕੁਲ ਉਹਨ ਕੁਦਰਤੀ ਗੱਲ ਹੈ ਬਾਈ ਪਹਿਲੇ ਮੌਸਮ ਠੱਡੇ ਰਹਿਣ ਠੀਕ ਹੈ ਰਮਜ਼ਾਨ ਸ਼ਰੀਫ ਤੱਕ ਮੌਸਮ ਸਹੀ ਆਇਆ ਹਨ ਜਗਦੰਮ ਧੁੱਪ ਨਿਕਲ ਆਇਆ ਹਨ ਹਾਂ ਜਗਦੰਮ ਜਗਦੰਮ ਧੋਪ ਨਿਕਲਣ ਦੀ ਵਜ੍ਹਾ ਤੂੰ ਵਾਹ ਪੈ ਗਈ ਵਾਹ ਅਸਲੇ ਚ ਵਾਹ ਹੀ ਹੁੰਦਾ ਕਿ ਦਾਣਾ ਜਿਹੜਾ ਨਾ ਫੋਲ ਰਿਹਾ ਹੈ ਫੋਲ ਹੋ ਗਿਆ ਠੀਕ ਹੈ ਬਰੀ ਵਜ਼ਨ ਘਟ ਵਜ਼ਨ ਘਟ ਗਿਆ ਓਨ ਯਾਰ ਉਹ ਮੈਂ ਪਿਛਲੇ ਦਿਹਾੜੇ ਮਿਲਿਆ ਸੀ ਮੈਂ ਉਸ ਨੂੰ ਆਖਾ ਭਾਈ ਹਾਂ ਕਣਕ ਜੁਗਾਈ ਕਿ ਔਸੂਸਾ ਕਾ ਬਾਈ ਗੱਲ ਉਹ ਸਿੱਧੀ ਸਾਡੇ 3.5 ਕਿਲਿਆਂ ਚੋਂ ਮੈਂ 27 ਜੜਾ ਨਾ ਬੋਰੀਆਂ ਟੋਟਲ ਬਚੀਆਂ ਅੱਛਾ ਯਾਨੀ ਕਿ ਸਾਬ ਲਾਇਆ ਵੰਜੇ ਤਾਂ ਲਾਲ ਜੀ ਮਸੀਹ 8 9 ਇਹ ਕੁਝ ਬੰਦੀ ਪਈ ਹੈ ਹੂੰ ਉਸ ਨੂੰ ਮੰਨ ਦਸਾਂ ਪਰ ਮੈਂ ਆਖਾ ਵਾ ਤੁਸਾਂ ਕੋ ਯਾਰ ਵਾਤ ਕੀ ਉਹ ਹਾ ਖਰਚੇ ਪਲੂ ਆ ਗਿਆ ਹੂੰ ਸੀ 27 ਚ 21 ਬੋਰੀਆਂ ਮੈਂ ਠੇਕ ਦੇਣਾ ਮੈਂ ਜੁਗ ਚ 7 ਬੋਰੀਆਂ ਬਚੀਆਂ 7 ਦਾ 7000 ਰੁਪਈਆ ਇਹ ਗੱਲ ਪਕਰਨਾ ਠੀਕ ਹੈ ਦਾ ਇਨੀ 8000 ਰੁਪਈਆ ਰੇਟ ਹੈ ਉਹ ਬੜਾ ਪਰੇਸ਼ਾਨ ਆਈ ਅੱਲਾ ਪਾਕ ਯਾਰ ਇਸੇ ਕਣ ਮੈਂ ਆਦਾ ਪਾ ਅਸੀਂ ਕੋਈ ਰੇਟ ਛੇੜ ਵਾਧੋ ਜਾ ਯਾਰ ਕੋਈ ਯਾਰ ਗਰੀਬ ਬੰਦਾ ਜਿਹੜਾ ਇਹ ਸ਼ੋਦੇ ਇਤਨੀ ਮਿਹਨਤ ਕੀਤੀ ਹੈ ਉਸ ਨੂੰ ਉਹ ਫਲ ਮਿਲ ਵਾ ਜਾ لیکن اللہ ਦਾ ਕਰਮ ਕਰੇ ਯਾਰ ਅੱਲਾਹ ਤੋ ਪਾਕ ਦਾ ਕਰਮ ਕਰੇ ਸੀ ਨਾ ਲੇਕਿਨ ਦੇਖ ਨਾ ਇਹ ਸਾਰਾ ਜਿਹੜਾ ਹੈ ਨਾ ਗੱਲ ਹੋ ਇਸ ਦੀ ਇਸਾਰਾ ਸਾਡਾ ਹਕੂਮਤ ਨੂੰ ਵੇਖਣਾ ਚਾਹੀਦਾ ਹੈ ਇਹ ਗੱਲ ਹੋ ਤਵੇ ਇਥੇ ਇਸ ਟਾਈਮ ਮੇ ਮੀਦਾਰ ਤਾਂ ਹਕੂਮਤ ਦੇ ਰਿਹਾ ਕੋਈ ਰੇਟ ਚੜੇ ਤਾਂ ਕੋਈ ਉਹਨਾਂ ਦਾ ਕੋ ਖਰਚਾ ਨਿਕਲ ਆਵੇ ਚਲੋ ਗੁਨਾਫਾ ਨਵੀ ਬਣੇ ਭਾਈ ਗੱਲ ਹੋ ਸਿੱਧੀ ਜੂਠ ਫਸਲ ਕਰ ਲੋ ਕੁਛ ਬਣਵਾਇਨੇ ਜੂਠ ਬੋਲਣ ਦੀ ਲੋੜ ਕੋਈ ਲਾਲਜੀ ਦੌਰ ਆਇ ਤੇ ইমরান ਖਾਨ ਦਾ ਬਿਲਕੁਲ ਹਾਂ ਬਸ ਗੱਲ ਸਾਨੂੰ ਸਿੱਧੀ ਕਰਸਾ ਜੀ ਠੀਕ ਹੈ ਮੰਨੇ ਯਾਰ ਇਹਨੇ ਵੀ ਕੰਮ ਕਰਾਇਨ ਤੇ ਨਾ ਆਸਾ ਦੇ ਬਹਰ ਹਾਲ ਨਾ Imran Khan ਜਿਹੜਾ ਹੈ ਨਾ ਉਸ ਜ਼ਿੰਮੇਦਾਰ ਦੇ ਬਾਰੇ ਬਾਰੇ ਸੋਚਾ ਉਸ ਬੜੇ ਬੈਨੀਫਿਟ ਦਿੱਤੇ ਬੜੇ ਬੈਨੀਫਿਟ ਬੜਾ Imran Khan ਨੂੰ ਯਾਦ ਕਰਨਾ ਠੀਕ ਹੈ ਇਸ ਹਕੂਮਤ ਸੰ ਨਹੀਂ ਬੈਨੀਫਿਟ ਦਿੱਤੇ ਇਸ ਉਲਟ ਆਖਿਆ ਮੈਂ ਪਾਣੀ ਦੇ ਬਿੱਲ ਘਟ ਕਰਾਂ ਡੀਜ਼ਲ ਘਟ ਕਰੇ ਸਾਂ ਠੀਕ ਹੈ ਇਸ ਉਲਟਾ ਡੀਜ਼ਲ ਚੜਿਆ ਬਿਜਲੀ ਚਾੜੀ ਠੀਕ ਹੈ ਹਰ ਸ਼ੈ 16 ਪਲੇਟ ਦਾ ਟੈਕਸ ਲਾਇਆ 16 ਪਲੇਟ ਦਾ Imran Khan ਦੋਜ ਮਰਾ ਭਰਾ ਯਕੀਨ ਮਨ ਕਈ ਕੀ ਬੰਦੇ ਐਸੇ ਵਦ ਨਹੀਂ ਅਤੂ ਪੁੱਛ ਕੇ ਨਾ ਉਹ ਯਕੀਨ ਮਾਨੀਏ ਗੈਲੈਕਸੀਨ ਕੇ ਵਾਕੀ ইমরান ਖਾਨ ਦੇ ਦੌਰ ਆਈ ਨਾ ਉਸੇ ਭਾਈ ਪ੍ਰਾਫਿਟ ਉਹਨਾਂ ਕਮਾਇਆ ਇਸ ਦੌਰ ਤੇ ਉਹ ਪਲੀਉ ਦੇਵਣੀ ਹੈ ਕੋਈ ਕੋਈ ਇੱਕ ਬੰਦਾ ਦੱਸਾ ਦੇ ਕੋਈ ਇੱਕ ਬੰਦਾ ਜਿਸ ਦਾ ਆਪਣਾ ਰਕਬਾ ਉਹ ਵੀ ਪਰੇਸ਼ਾਨ ਬੈਠਾ ਆ ਇੱਕ ਤੋ ਆ ਨਾ ਭਈ ਯਾਰ ਫਕੂਮਤ ਉਸ ਖਾਨ ਦੀ ਗੰਦੀ ਪਈ ਬਾਹਰੋਂ ਮੰਗ ਹੀ ਲੈ ਕੇ ਤੇ ਜ਼ਮੀਂਦਾਰਾਂ ਕੋ ਸਸਤੀ ਵੀ ਨਹੀਂ ਰਹਿ ਰਹੀ ਪਿਛਲੇ ਸਾਲ ਨਾ ਪਿਛਲੇ ਸਾਲ ਹਾਲਾਂਕਿ ਜਿਹੜਾ ਰੇਟ ਆਈ ਨਾ ਹਕੂਮਤ ਉਲਟਾ ਲੋਕਾਂ ਦੇ ਘਰ ਵਾੜ ਕੇ ਕਣਾ ਘੜਾਈਏ ਇੰਜ ਗੱਲ ਹੈ ਹਾਂ ਹੁਣ ਰੇਟ ਉਹ ਰੱਖਿਆ ਨੇ ਹੁਣ ਸਾਕਾ 5.5 ਪਈਆ ਸਾਦਾ ਬਾਵੇਂ ਚਾਹ ਖੜੇ ਬਾਵੇਂ ਜਿੱਦੇ ਖੜੇ ਹਮ ਠੀਕ ਹੈ ਹੁਣ ਪੁੱਛਣ ਵਾਲੇ ਕੋਈ ਕੋ ਨਹੀਂ ਮਿਹਨਤ ਕਰ ਕਰ ਕੇ ਬੰਦਾ ਵਖਰਾ ਜਲੀਲ ਠੀਕ ਆ ਹੁਣ ਤਾਂ ਸਾਦੇ ਆ ਵੀ ਜਿਹੜੇ ਸਰਕਾਰ ਰੇਟ ਦਿੱਤਾ 9700 ਤੇ ਉਸ ਤੋਂ ਏਸੀ ਆ ਕੇ ਕਿ ਹਕੂਮਤ ਜਿਹੜਾ ਮਰਜ਼ੀ ਬੰਦਾ ਚਾਹ ਖੜੇ ਚਾਹ ਖੜੇ ਉਹ ਗੈਨ ਵੰਜੇ ਉਹ ਟੋਖ ਹੋ ਗਿਆ ਯਾਰ ਬੜਾ ਕੰਮ ਗਲਤ ਹੋਇਆ ਪਿਆ ਯਾਰ ਗੱਲ ਕਰਦਾ ਇਮਰਾਨ ਖਾਨ ਆਈ ਸਿੱਧੀ ਗੱਲ ਹੈ ਭਾਈ ਉਸ ਸਨ ਬੜੀ ਸਹੂਲਤ ਆ ਦਿੱਤੀ ਅਨ ਇਮਰਾਨ ਖਾਨ ਦੇ ਕੋਈ ਬੰਦੇ ਕੋਲ ਇਸ ਤਰ੍ਹਾਂ ਸਾਬੇ ਇਮਰਾਨ ਆਵੇ ਅਗਰ ਇਹਨਾਂ ਸਨ ਬੈਨੀਫਿਟ ਦਿੱਤੇ ਹੋਣਾ ਇਹ ਹੁਣ ਯਕੀਨ ਮਨ ਇਹ ਆਪਣਾ ਵੋਟ ਬੈਂਕ ਬਣਾਉਣ ਵਾਸਤੇ ਨਾ ਉਲਟਾ ਵੋਟ ਬੈਂਕ ਖਰਾਬ ਕਰ ਰਹੇ ਨੇ ਜਿੱਲੇ ਕਿਸਾਨ ਨੂੰ ਕੁਛ ਅਬਜ ਨਹੀਂ ਨਹੀਂ ਕਿਸਾਨ ਸਾਥ ਨਹੀਂ ਦੇਉਣਾ ਠੀਕ ਹੈ ਤੇ ਸਤਵਾਂ ਹਾਲਾਂਕਿ ਗੰਦੋਂ ਪੈਦਾ ਕਰਨ ਵਾਲਾ ਪਾਕਿਸਤਾਨ ਸਤਵਾਂ ਕਿ 6ਵਾਂ ਮੂਲ ਖਾਈ ਬਸ ਜੀ ਬੱਠਾ ਬਹਿ ਗਿਆ ਵਾ ਕੋਈ ਗੱਲ ਨਹੀਂ ਔਖਾ ਵਿਲਾ ਅੰਦਰ ਆ ਨੇ ਠੀਕ ਹੈ ਅਗਰ ਕੱਲ ਇਹ ਅਗਲੇ ਸਾਲ ਇਹ ਕਿਸਾਨ ਅਗਰ ਕਣ ਨਾ ਗੜੇਨ ਫਰਦ ਕਰ ਆਪਣੀ ਜੋਗੀ ਗੱਜ ਦੇ ਇਹ ਕਿ ਕਰੇ ਸੀ ਹਕੂਮਤ ਹਕੂਮਤ ਜਾਵਣਾ ਜੀ ਕਿ ਕਰਨਾ ਹੈ ਬਾਤ ਹਕੂਮਤ ਕੀ ਕਰੇ ਸੀ ਬਾਤ ਬਾਹਰ ਉਜਲੇ ਗਿਰ ਸੀ ਨਾ ਤੇ ਲਗ ਪੱਤ ਵੈਸੇ ਬਿਲਕੁਲ ਜਰੀ ਕਿਸਾਨ ਤਾਂ ਕੀ ਵੇ ਚਲੋ ਆਪਣੇ ਕਾਣ ਚ ਗਰੇ ਸੀ ਠੀਕ ਹੈ ਜੀਓ ਗੁਜ਼ਾਰਾ ਕਰਕੇ ਖਾ ਪੀ ਗਿਨ ਸੀ ਹੁਣ ਇਹ ਗੁਜ਼ਾਰਾ ਹੀ ਕਰਨਾ ਲੱਗ ਬਿਲਕੁਲ ਬਾਤ ਜੀ ਗੁਜ਼ਾਰਾ ਬਾਕੀ ਕਮਾਨ ਚ ਗਰੇ ਸੀ ਸਾਰੇ ਸਾਲ ਦੀ ਫਸਲ ਹੈ ਵਾਹ ਇਹ ਯਕੀਨ ਮਾਰੇ ਨਾ ਬਹੁਤ ਗਲਤ ਕੀਤਾ ਬਾਕੀ ਮਿੱਟੀਓ ਮੌਸਮ ਥੋੜਾ ਖਰਾਬ ਹੈ ਤੇ ਇਥੇ ਹੀ ਇਖਤਤਾਮ ਕਰਨਾ ਆਸਾ ਵੀ ਅੱਲਾ ਪਾਕ ਦੇ ਗੁਆ ਸਾਰੇ ਤੋਂ ਦੁਆ ਹੈ ਕਿ ਅੱਲਾ ਪਾਕ ਮੌਸਮ ਕੋਈ ਸਾਫ਼ ਕਰੇ ਅਸੀਂ ਕੋਈ ਵੇਲੇ ਹੋ ਵੀ ਨਾ ਤੇ ਅੱਲਾ ਪਾਕ ਖੈਰ ਕਰੇ ਸੀ ਬਾਕੀ ਮਿੱਠਿਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕੀਤਾ ਕਰੋ ਵੀਡੀਓ ਵੇਖ ਕੇ ਤੁਸਾਂ ਨਸਵੇਂ ਨਸਰ ਨਾਲ ਕੋਈ ਨਹੀਂ ਦੀਂਦਾ ਲਾਈਕ ਸਰਵਜ਼ਾਰ ਕੀਤੇ ਕਰੋ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਅੱਲਾ ਹਾਫਿਜ਼ ਅੱਲਾ ਹਾਫਿਜ਼